ਫਤਿਹਗੜ੍ਹ ਸਾਹਿਬ ਦੇ ਪਿੰਡ ਰਾਣਵਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 300 ਸਾਲਾ ਸਮਾਗਮ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਹਨਾਂ ਨੂੰ ਹਲਕਾ ਬਸੀ ਪਠਾਣਾ ਤੋਂ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੇ ਹੋਰ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਰਾਣਵਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 300 ਸਾਲਾ ਸਮਾਗਮ ਵਿੱਚ ਉਹਨਾਂ ਵੱਲੋਂ ਹਾਜ਼ਰੀ ਲਗਵਾਈ ਗਈ ਤੇ ਸ਼ੁਕਰਾਨੇ ਦੇ ਤੌਰ ਤੇ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਕਈ ਹੋਰ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਕਿਉਂਕਿ ਉਹਨਾਂ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੰਸਦ ਮੈਂਬਰ ਬਣਦੇ ਹਨ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਧਰਤੀ ਤੋਂ ਆਸ਼ੀਰਵਾਦ ਲੈਣ ਜ਼ਰੂਰ ਆਉਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ CISF ਹਵਾਲੇ ਪੰਜਾਬ ਦੀਆਂ 7 ਜੇਲ੍ਹਾਂ ਕੀਤੀਆਂ ਹਨ, ਇਹ ਸਿੱਧੇ ਤੌਰ ਤੇ ਪੰਜਾਬ ਦੇ ਅਧਿਕਾਰ ਖੇਤਰ ਅੰਦਰ ਕੇਂਦਰ ਨੂੰ ਰਾਹ ਬਣਾਉਣ ਦੀ ਕਾਰਵਾਈ ਕੀਤੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਵਿਰੋਧ ਕਰੇਗਾ। ਇਸ ਮੌਕੇ ਬਸੀ ਪਠਾਣਾ ਤੋਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਵਾਰ ਇਸ ਪਵਿੱਤਰ ਧਰਤੀ ਤੇ ਚਰਨ ਪਾਏ ਸੀ ਜਿੱਥੇ ਇਹ ਗੁਰਦੁਆਰਾ ਸਾਹਿਬ ਸਥਾਪਿਤ ਹੈ, ਅਤੇ ਇਸ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਹਨ। ਉਹਨਾਂ ਕਿਹਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਆਪਣੀ ਜਿੱਤ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਪ੍ਰੀਸ਼ਦ ਨੂੰ ਪਹਿਲਾ ਸਥਾਨ ਮਿਲਣ ਤੇ ਸਨਮਾਨਿਤ ਕੀਤਾ ਗਿਆ, ਉਸ ਦੇ ਸੰਬੰਧ ਵਿੱਚ ਅੱਜ ਉਹਨਾਂ ਤੇ ਪ੍ਰੀਸ਼ਦ ਦੇ ਮੈਂਬਰਾਂ ਦਾ ਇਲਾਕਾ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਿਨ੍ਹਾਂ ਦਾ ਉਹ ਧੰਨਵਾਦ ਕਰਦੇ ਹਨ। ਇਸ ਇਤਿਹਾਸਿਕ ਪਵਿੱਤਰ ਸਥਾਨ ਤੇ ਰਾਣਵਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਦਿਵਸ ਨੂੰ ਸਮਰਪਿਤ ਹਰ ਸਾਲ ਦੀ ਸਮਾਗਮ ਵਿੱਚ ਹਾਜ਼ਰੀ ਭਰੀ ਆ, ਔਰ ਨਾਲ ਹੀ ਅੱਜ ਸ਼ੁਕਰਾਨਾ ਦੇ ਤੌਰ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੇਰੇ ਵੱਲੋਂ ਮੇਰੇ ਪਰਿਵਾਰ ਅਤੇ ਸਾ ਕਸ਼ਮੀਰ ਸਿੰਘ ਬਿਲਾਸਪੁਰ ਦੇ ਪਰਿਵਾਰ ਨੇ ਇਹ ਸੁਪਨਾ ਸੁੱਖੀ ਸੀ, ਉਸ ਸੁਪਨਾ ਦੀ ਪੂਰਤੀ ਲਈ ਅੱਜ ਹੋਰ ਵੀ 4 ਪਰਿਵਾਰਾਂ ਨੇ ਸਾਡੇ ਤੋਂ ਬਿਨਾਂ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ। ਸੋ ਮੈਂ ਗੁਰੂ ਦਾ ਸ਼ੁਕਰਾਨਾ ਕਰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਸ ਪਵਿੱਤਰ 400 ਧਰਤੀ 'ਤੇ ਉਹਨਾਂ ਦੇ ਚਰਨ ਛੋਹ ਦਿਵਸ 'ਤੇ ਆ ਕੇ ਸੰਗਤਾਂ ਨੂੰ ਵਧਾਈ ਵੀ ਦਿੰਦਾ। ਅੱਜ ਇੱਕ ਜਿਹੜਾ ਸਭ ਤੋਂ ਵੱਡੀ ਗੱਲ ਮੈਂ ਮਹਿਸੂਸ ਕਰਦਾ ਕਿ ਪੰਜਾਬ ਸਰਕਾਰ ਨੇ CISF ਦੀਆਂ ਜਿਹੜੀਆਂ 6 ਲਈ 7 ਜਗ੍ਹਾ ਪੰਜਾਬ ਦੀਆਂ ਦਿੱਤੀਆਂ ਹਵਾਲੇ ਕੀਤੀਆਂ ਨੇ, ਇਹ ਸਿੱਧੇ ਤੌਰ 'ਤੇ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਨੂੰ ਰਾਹ ਬਣਾਉਣ ਦੀ ਗੱਲ ਕੀਤੀ ਆ, ਔਰ ਸ਼੍ਰੋਮਣੀ ਅਕਾਲੀ ਦਲ ਡਟ ਕੇ ਇਹਦਾ ਵਿਰੋਧ ਕਰੇਗਾ। ਇਹ ਸੱਤਾ ਦੇ ਵਿਕੇਂਦਰੀਕਰਨ ਤੋਂ ਉਲਟਾ ਔਰ ਸੰਘੀ ਢਾਂਚੇ ਦੇ ਉਲਟਾ, ਦੇਸ਼ ਦੇ ਵਿੱਚ ਜਦੋਂ ਫੈਡਰਲ ਸਟਰਕਚਰ ਲਈ, ਸੰਘੀ ਢਾਂਚੇ ਲਈ, ਖੇਤਰੀਵਾਦ ਲਈ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਮਤਲਬ ਇੱਕ ਲਹਿਰ ਖੜ੍ਹੀ ਹੋ ਰਹੀ ਆ, ਔਰ ਹਰ ਸੂਬਾ ਪ੍ਰਦੇਸ਼ ਜਿਹੜਾ ਹੈ ਮਹਿਸੂਸ ਕਰ ਰਿਹਾ ਕਿ ਕੇਂਦਰ ਦਾ ਦਖਲ ਅੰਦਾਜ਼ੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਘਟਣੀ ਚਾਹੀਦੀ ਆ। ਪੰਜਾਬ ਦੀ ਸਰਕਾਰ ਨੇ ਪੰਜਾਬ ਦੀਆਂ 7 ਜਿਹੜਾ CISF ਦੇ ਹਵਾਲੇ ਕਰਕੇ ਇਸ ਸੋਚ ਨੂੰ ਰੋਕ ਲਾਉਣ ਦਾ ਯਤਨ ਕੀਤਾ ਕਿ ਕਾਂਗਰਸ ਦੀ ਜਿਹੜੀ ਪੁਰਾਣੀ ਕੇਂਦਰੀਵਾਦ ਦੀ ਨੀਤੀ ਆ, ਕੇਂਦਰ ਦਾ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਾਖਲ ਦੇਣ ਦੀ ਗੱਲ ਆ, ਉਹਨੂੰ ਬੜਾਵਾ ਦਿੱਤਾ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੈਂ ਅਪੀਲ ਕਰਦਾ ਕਿ ਇਹ ਫੈਸਲੇ ਨੂੰ ਤੁਰਤ ਬਦਲਿਆ ਜਾਵੇ। ਇਹ ਪੰਜਾਬ ਪੁਲਿਸ 'ਤੇ ਬੇਵਿਸ਼ਵਾਸੀ ਵਾਲੀ ਵੀ ਗੱਲ ਆ, ਇਹ ਪੰਜਾਬ ਪੁਲਿਸ ਦੇ ਪ੍ਰਸ਼ਾਸਨ 'ਤੇ ਬੇਵਿਸ਼ਵਾਸੀ ਵਾਲੀ ਗੱਲ ਆ। ਕੈਪਟਨ ਸਾਹਿਬ ਆਪ ਗ੍ਰਹਿ ਮੰਤਰਾਲੇ ਦੇ ਹੈੱਡ ਨੇ, ਗ੍ਰਹਿ ਮੰਤਰਾਲੇ ਦੇ ਹੈੱਡ ਹੋਣ ਦੇ ਬਾਵਜੂਦ ਆਪਣੀ ਪੁਲਿਸ 'ਤੇ ਬੇਵਿਸ਼ਵਾਸੀ ਪੈਦਾ ਕਰਨ ਅਤੇ ਆਪਣੀ ਪੁਲਿਸ ਤੋਂ ਜ਼ਿੰਮੇਵਾਰੀ ਲੈ ਕੇ ਸੈਂਟਰ ਫੋਰਸ ਦੇ ਹਵਾਲੇ ਕਰਨ, ਇਹ ਕਿਸੇ ਤਰ੍ਹਾਂ ਵੀ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਏਗਾ। ਸੋ ਉਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ, ਰੱਖਣਾ ਚਾਹੀਦਾ। ਆਪਣੀ ਪੁਲਿਸ ਨੂੰ ਇਕਿਉਪਮੈਂਟ ਵਧੀਆ ਦੇਣੇ ਚਾਹੀਦੇ ਆ, ਮਾਡਰਨ ਦੇਣੇ ਚਾਹੀਦੇ ਆ, ਔਰ ਉਹਨਾਂ ਨੂੰ ਮਤਲਬ ਮਜ਼ਬੂਤੀ ਦੇ ਤੌਰ 'ਤੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦੇਣੀਆਂ ਚਾਹੀਦੀਆਂ। ਸਾਹਿਬ ਇਸ ਪਵਿੱਤਰ ਸਥਾਨ 'ਤੇ ਜਦੋਂ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਅੱਜ ਦੇ ਦਿਨ ਉਸ ਧਰਤੀ 'ਤੇ ਆਪਣੇ ਚਰਨ ਪਾਏ ਸਨ, ਔਰ ਉਸ ਦਿਵਸ ਨੂੰ ਮਨਾਉਂਦੇ ਹੋਏ ਉੱਥੇ ਅਖੰਡ ਪਾਠ ਦੇ ਪਾਠ ਕਰਾਏ ਗਏ ਔਰ ਅੱਜ ਭੋਗ ਪਾਏ ਗਏ, ਔਰ ਇਸ ਸ਼ੁਭ ਅਵਸਰ 'ਤੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਉਹਨਾਂ ਨੇ ਵੀ ਜਿਹੜਾ ਹੈ ਅਕਾਲ ਪੁਰਖ ਦਾ ਸ਼ਬਦ ਗੁਰੂ ਦਾ ਸ਼ੁਕਰਾਨਾ ਕੀਤਾ, ਕਿਉਂਕਿ ਜਦੋਂ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਲੜੀ ਸੀ ਉਸ ਤੋਂ ਪਹਿਲਾਂ ਉਹ ਗੁਰਦੁਆਰਾ ਰਾਣਵਾ ਸਾਹਿਬ ਉੱਥੋਂ ਆਸ਼ੀਰਵਾਦ ਲੈ ਕੇ ਅਰਦਾਸ ਬੇਨਤੀ ਕਰਕੇ ਉਹ ਆਪਣੀ ਚੋਣ ਦੇ ਵਿੱਚ ਆਏ ਸਨ, ਔਰ ਉਹ ਚੋਣ ਦੇ ਵਿੱਚ ਸਫਲ ਹੋਏ, ਪਰਮਾਤਮਾ ਦਾ ਉਹਨਾਂ ਨੂੰ ਬਖਸ਼ਿਸ਼ ਹੋਈ, ਔਰ ਉਹ ਸ਼ੁਕਰਾਨੇ ਵੱਲੋਂ ਅੱਜ ਇਸ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਰਾਣਵਾ ਸਾਹਿਬ ਪਹੁੰਚੇ ਨੇ, ਔਰ ਉਹਨਾਂ ਨੂੰ ਵੀ ਮੈਂ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹ ਬਹੁਤ ਅੱਛਾ ਕੰਮ ਕਰ ਰਿਹਾ ਬਤੌਰ MP ਲੋਕ ਸਭਾ ਦੇ ਵਿੱਚ, ਜਿਹੜਾ ਚਾਹੇ ਉਹ ਗਰੀਬ ਵਰਗ ਹੈ, ਚਾਹੇ ਕਿਸਾਨ ਵਰਗ ਹੈ, ਚਾਹੇ ਨੌਜਵਾਨ ਵਰਗ ਹੈ, ਸਮਾਜ ਦੇ ਹਰ ਵਰਗ ਦੇ ਜਿਹੜੇ ਹੈ ਮਸਲੇ ਉਠਾਉਂਦੇ ਨੇ ਔਰ ਪੰਜਾਬ ਦੇ ਮਸਲੇ ਵੀ ਉਠਾਉਂਦੇ ਨੇ, ਮੈਂ ਉਹਨਾਂ ਨੂੰ
इस मौके पर बधाई भी दिता हाँ उन्होंने श्रेष्ठ मैंबर पार्लीमेंट का पुरस्कार भी मिले उन्होंने इस काम करके। नवा साहब गुरुद्वारे जिते छेवीं पातशाही नवें पातशाही के चरण छो स्थान है, इस स्थान के उत्ते सानू अज जो जिला परिषद फतेहगढ़ साहब ताड़ी पंजाब दे विच पहले नंबर पर आके सानू देश के प्रधानमंत्री साहब ने जो सम्मानित किया उहदे लई अज इत्थे साडे समुचे इलाके के खमाणो इलाके की जिहड़ी संगत आ उन्होंने सम्मान किया, उहदे लई मैं विशेष तौर पर समुचे इलाका वासियां का धन्यवाद करना। अज साहिब श्री गुरु हरगोबिंद साहब के आगमन पुरब से गुरद्वारा गोबिंदगढ़ साहब राणमा पातशाही छेवीं और दसवीं प्रोफेसर प्रेम सिंह जी चंदू मायरा ने अपने एम पी बनन के जित की खुशी में अज इतने खंड पाठ साहब के भोग पाए ने, गुरु के आगमन से इतने आना होया बहुत सारी संगत का बहुत बहुत धन्यवाद करते हैं। अज ये सन्मान प्रोफेसर चंदू माजरा जी का गुरद्वारा राणमा साहब किया गया, ये पाठा की जो इन्होंने सुख सुखना सुखी सी भी मैंबर पार्लीमेंट बनते अज वो मत्था टेकना अपने परिवार समेत आया, बीबी बलविंदर कौर जी उन्होंने धर्मपत्नी भी आए हैं और जिहड़ियां इलाके दियां मंगां ने वह भी सुनिया, जिहड़ियां मंगां इस राणमा नगर तो जो नवां रोड विच नूं लंघदा लुधियाणा चंडीगढ़ इहदा कट है जां अंडरब्रिज बनना चाहीदा जां फिर कोई कट देना चाहीदा इहो जिहा जिहड़ा कि पिंड नूं और इत्थे दे आउण वाले कोई भी जिहड़े श्रद्धालु आ उहनां नूं कोई परेशानी ना होवे, इस करके अज मंग भी कीती है ते नाल प्रोफेसर साहब नूं लोकां ने जो कि कणक नहीं उठ रही उहदी मंग भी कीती है जो मंडियां दे विच रुल रही है और सारे किसान और आढ़ती परेशान ने और असीं वधाई भी दिंदे आ जिन्नी भी संगत अज पहुंची है इत्थे उहनां नूं सारिआं नूं लख लख वधाई और उहनां दे श्रेष्ठ मैंबर पार्लीमेंट बनन ते जो संगत वल्लों इस खमाणो हल्के सब डिवीजन जिहड़ी है ਇਹਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਕੈਮਰਾਮੈਨ ਹਰਵਿੰਦਰ ਮੰਗਾ ਦੇ ਨਾਲ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।